ਉਧਰ ਜੰਮੂ ਕਸ਼ਮੀਰ ਦੇ ਬਾਰਾਮੁਲਾ ਦੇ ਵਿੱਚ ਸੁਰੱਖਿਆ ਦਸਤਿਆਂ ਤੇ ਦਹਿਸ਼ਤਗਰਦਾਂ ਦੇ ਵਿਚਾਲੇ ਮੁੱਠਭੇੜ ਦੇ ਵਿੱਚ ਇੱਕ ਦਹਿਸ਼ਤਗਰਦ ਨੂੰ ਮਾਰ ਡਿਗਾਇਆ ਗਿਆ। ਇਹ ਮੁੱਠਭੇੜ ਬਾਰਾਮੁਲਾ ਦੇ ਹਰੀਤਾਰ ਤਾਰਜੂ ਇਲਾਕੇ ਦੇ ਵਿੱਚ ਚੱਲ ਰਹੀ ਸੀ। ਦੋ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ 52 ਰਾਸ਼ਟਰੀ ਰਾਈਫਲਸ ਅਤੇ ਸਪੋਰ ਪੁਲਿਸ ਨੇ ਮੋਰਚਾ ਸੰਭਾਲਿਆ। ਮਾਰੇ ਗਏ ਦਹਿਸ਼ਤਗਰਦ ਦੇ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਹਾਲਾਂਕਿ ਐਨਕਾਊਂਟਰ ਹੁਣ ਖਤਮ ਹੋ ਚੁੱਕਾ ਹੈ, ਪਰ ਦੂਜੇ ਦਹਿਸ਼ਤਗਰਦ ਦੀ ਭਾਲ ਹੁਣ ਵੀ ਜਾਰੀ ਹੈ। ਸਰਚ ਆਪਰੇਸ਼ਨ ਲਗਾਤਾਰ ਚੱਲ ਤਾਂ ਬਾਰਾਮੁਲਾ ਦੇ ਵਿੱਚ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਦਹਿਸ਼ਤਗਰਦ ਨੂੰ ਮਾਰ ਟਿਕਾਇਆ ਗਿਆ। ਰਾਸ਼ਟਰੀ ਰਾਈਫਲਸ ਦੀ 52 ਕੰਪਨੀ ਨੇ ਅਤੇ ਉਸ ਦੇ ਨਾਲ ਹੀ ਸਪੋਰਟ ਦੇ ਵਿੱਚ ਜੋ ਪੁਲਿਸ ਬਲ ਹੈ ਉਸਦੇ ਸਾਂਝੇ ਆਪਰੇਸ਼ਨ ਦੇ ਵਿੱਚ ਇਸ ਦਹਿਸ਼ਤਗਰਦ ਨੂੰ ਮਾਰ ਟਿਕਾਇਆ ਗਿਆ। ਪਰ ਦੋ ਦਹਿਸ਼ਤਗਰਦ ਦੱਸੇ ਜਾ ਰਹੇ ਸਨ ਅਤੇ ਇੱਕ ਦਹਿਸ਼ਤਗਰਦ ਨੂੰ ਲੈ ਕੇ ਹੁਣ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਕ ਦਹਿਸ਼ਤਗਰਦ ਨੂੰ ਢੇਰ ਕੀਤਾ ਗਿਆ ਅਤੇ ਦੂਜੇ ਪਾਸੇ ਜੋ ਹਥਿਆਰਾਂ ਦਾ ਜ਼ਖੀਰਾ ਇਸ ਦਹਿਸ਼ਤਗਰਦ ਤੋਂ ਬਰਾਮਦ ਕੀਤਾ ਗਿਆ ਹੈ, ਉਹ ਸਾਫ਼ ਤੌਰ 'ਤੇ ਗਵਾਹੀ ਭਰ ਰਿਹਾ ਹੈ ਕਿ ਇਹਨਾਂ ਦਹਿਸ਼ਤਗਰਦਾਂ ਦੇ ਮਨਸੂਬੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਸਨ।